ਬੱਚਿਆਂ ਦੀ ਜ਼ਿੰਦਗੀ ਦੇ ਨਾਲ ਕਰ ਰਹੇ ਸੀ ਵੱਡਾ ਖਿਲਵਾੜ। ਬੇਬੀ ਫੂਡ ਦੇ ਡੱਬਿਆਂ ਦੀ ਐਕਸਪਾਇਰੀ ਡੇਟ ਨੂੰ ਬਦਲ ਰਹੇ ਸਨ। ਫੂਡ ਸਪਲਾਈ ਵਿਭਾਗ ਦੀ ਵੱਡੀ ਛਾਪੇਮਾਰੀ ਫੈਕਟਰੀ ਦੇ ਵਿੱਚ 500 ਦੇ ਕਰੀਬ ਮਜ਼ਦੂਰ ਫੂਡ ਸਪਲਾਈ ਦੀ ਛਾਪੇਮਾਰੀ ਤੋਂ ਬਾਅਦ ਮੈਨੇਜਰ ਹੋਇਆ ਬੇਹੋਸ਼। ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ, ਲਾਈਵ ਭਾਰਤ। ਵਿਕਰਮ ਗਵਾਲੀਅਰ ਕੇ MP। MP ਕੇ ਰਹਿਣ ਵਾਲੇ ਹੋ? ਹਾਂਜੀ। ਯਹਾਂ ਪਰ ਕਾਮ ਕਰਦੇ ਸੀ ਕਿਸ ਨੂੰ? ਕੈਟਰਿੰਗ ਕਾ ਕਾਮ ਕਰਦੇ ਹਮ ਤੋ, ਕੈਟਰਿੰਗ ਕਾ। ਤੇ ਯਹਾਂ ਪਰ ਕਿਆ ਕਰ ਰਹੇ ਥੇ? ਆਜ ਕਹਿ ਕੇ ਬੁਲਾਇਆ ਥਾ, ਕਾਮ ਹੈ ਤੋ ਫਿਰ ਬੋਲੇ ਕਾਮ ਕੈਂਸਲ ਹੋ ਗਿਆ, ਯਹਾਂ ਪਰ ਕਾਮ ਕਰਨਾ। ਕਿਆ ਚੀਜ਼ ਬਨਤਾ ਹੈ ਯਹਾਂ? ਸਰ ਹਮਕੋ ਨਹੀਂ ਪਤਾ, ਪਹਿਲੀ ਵਾਰ ਆਇਆ ਆਜ। ਕੈਟਰਿੰਗ ਲਾਈਨ ਮੇਂ ਕਾਮ ਕਰਦੇ ਹਮ ਤੋ। ਜੋ ਪਾਰਟੀਆਂ ਕੋ ਕਾਮ ਨਹੀਂ ਹੋਤਾ, ਸ਼ਾਦੀ ਪਾਰਟੀਆਂ ਕਾ। ਅਭੀ ਯੇ ਲੋਗ ਇਕੱਠੇ ਹੋਏ ਹੈਂ, ਕਿਉਂ ਇਕੱਠੇ ਹੋਏ ਹੈਂ? ਸਰ ਇਹ ਤੋ ਹਮਕੋ ਨਹੀਂ ਪਤਾ, ਹਮ ਤੋ ਆਜ ਕਾਮ ਕਰਨੇ ਆਏ ਹਾਂ। ਕਿਤਨੇ ਕਾਮ ਕਰਨੇ ਕੇ ਲਈ ਬੁਲਾਇਆ ਗਿਆ ਥਾ ਆਪਕੋ? ਬਾਕੀ ਸਾਰੇ ਵੀ ਆਜ ਹੀ ਆਏ ਹੈਂ? ਇਹ ਨਹੀਂ ਪਤਾ ਸਰ, ਆਪਣੇ ਤਾਂ 10-12 ਮੁੰਡੇ ਆ। ਕਿੰਨੇ ਲੋਕ ਹੈ ਅੰਦਰ? ਅੰਦਰ ਹੋਣ ਕਮ ਸੇ 100-120। ਕਰੋਨਾ ਮਹਾਮਾਰੀ ਚੱਲ ਰਹਾ, ਇਤਨਾ ਆਦਮੀ ਇਕੱਠਾ ਗਿਆ ਹੋਇਆ ਹੈ। ਆਪਣੇ ਸਰ 10 ਮੁੰਡੇ ਹੈ ਯਹਾਂ ਪਰ ਬਸ। ਲੇਬਰ ਕਿਤਨੀ ਮਿਲਤੀ ਆਪਕੋ ਯਹਾਂ? ਆਪਕੋ ਵੀ ਦੇਖਣਾ ਚਾਹੀਦਾ। ਦਿਹਾੜੀ ਕਿਤਨੀ ਹੈ? ਸਰ ਠੇਕੇਦਾਰ ਕੋ ਪਤਾ ਹੈ, ਉਨਕੋ ਤਾਂ ਠੇਕੇਦਾਰ ਯਹਾਂ ਛੋੜ ਕੇ ਗਿਆ। ਕਿਤਨਾ ਦਿਹਾੜੀ ਕਿਤਨੇ ਮੇਂ ਬੋਲ ਕੇ ਗਿਆ ਠੇਕੇਦਾਰ? ਕਿਆ ਨਾਮ ਹੈ ਠੇਕੇਦਾਰ ਦਾ? ਦਿਹਾੜੀ ਵੋਹੀ 350 ਦੇਤਾ ਹੈ। ਠੇਕੇਦਾਰ ਕਾ ਕਿਆ ਨਾਮ? ਪਤਾ ਨਹੀਂ, ਇਧਰ ਹੀ ਕਹੀਂ ਚਲਾ ਗਿਆ, ਸੁਦਰਸ਼ਨ ਨਾਮ ਥਾ ਉਸਕਾ। ਖਾਣਾ ਯਹੀ ਮਿਲਤਾ ਆਪਕੋ? ਖਾਣਾ ਯਹੀ ਖਿਲਾਇਆ ਥਾ, ਦੁਪਹਿਰ 2-3 ਵਜੇ ਮਿਲਾ ਥਾ ਖਾਣਾ। ਕਿਆ ਕਾਮ ਕਰਨੇ ਕੇ ਲਈ ਬੁਲਾਇਆ ਗਿਆ ਥਾ ਯਹਾਂ ਪਰ? ਯਹਾਂ ਪਰ ਇਹ ਡਿੱਬੇ ਡਿੱਬੇ ਪੇਂਟ ਕਰਨਾ ਹੈ। ਪੇਂਟ ਕਰਨਾ ਹੈ? ਹਾਂ। ਕਿਸ ਚੀਜ਼ ਪੇ ਪੇਂਟ ਕਰ ਰਹੇ ਹੋ? कार्टून में से डिब्बा निकाल के उन पर पेंट करना था। कितनी जगह में करना था? सारे डिब्बे थे उन पर, सारा बताया। डिब्बे सर सामने तो रखे हैं आपके। अब ये नीचे रखे कम से कम। कितने डब्बे बनाने के लिए आपको बोला हुआ था? जितने हो जाए शाम तक उतने बोला था, आज के लिए अपन को बोला है। ठीक है। मैं डॉक्टर विकास गोयल, सहायक सिविल सर्जन पटियाला। सर गल करिए इतने बच्चों नाल खिलवाड़ शहर में भी लेट आया, इधर खिलवाड़ हो रहा, बच्चे की कहना चाहते? देखो जो ही सिविल सर्जन, मानयोग सिविल सर्जन साहब को इहदी इनफॉर्मेशन पहुंची, उत्तों ही हरकत च आ गए। उदों तो ही उन्होंने टीमों का बारे जिहड़े दिशा निर्देश जारी किए, ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕੰਟੈਕਟ ਲਿਆ, ਮੈਂ ਦੱਸਿਆ ਅਤੇ ਸਾਡੇ ਫੂਡ ਕਮਿਸ਼ਨ ਪੰਜਾਬ ਹੈ, ਉਹ ਵੀ ਉਹਨਾਂ ਨੂੰ ਵੀ ਇਸ ਚੀਜ਼ ਦੀ ਨੌਲੇਜ ਹੈ, ਅਤੇ ਉਹਨਾਂ ਦੇ ਸਹਿਯੋਗ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਟੀਮਾਂ ਜਿਹੜੀਆਂ ਅੱਜ ਇੱਥੇ ਆਪਾਂ ਇੱਥੇ ਇਨਕੁਆਇਰੀ ਕੰਡਕਟ ਕਰ ਰਹੇ ਹਾਂ। ਉਹਦੇ 'ਚ ਫੂਡ ਦੀ ਟੀਮ ਅਤੇ ਡਰੱਗ ਦੀ ਟੀਮ ਦੋਨੋਂ ਟੀਮਾਂ ਲੱਗੀਆਂ ਹੋਈਆਂ, ਅਤੇ ਨਾਲ ਹੀ ਪੁਲਿਸ ਦਾ ਵੀ ਸਹਿਯੋਗ ਲਿੱਤਾ ਜਾ ਰਿਹਾ ਕਿ ਜਿਹੜੀ ਜੋ ਵੀ ਬਣਦੀ ਧਾਰਾਵਾਂ 'ਚ ਪੁਲਿਸ ਵੀ ਆਪਣਾ ਐਕਸ਼ਨ ਲਵੇ, ਅਤੇ ਇਸ ਤੋਂ ਇਲਾਵਾ ਜਿਹੜਾ ਸਿਹਤ ਮਹਿਕਮਾ ਉਹ ਵੀ ਜਿਹੜਾ ਇਨਵੈਸਟੀਗੇਸ਼ਨ ਕਰਕੇ ਸਪੋਰਟ ਮਿਨੀਮਮ ਵਰਕੇ ਅਤੇ ਇਹਨਾਂ ਦੀ ਸੈਂਪਲਿੰਗ ਕਰਕੇ ਜੋ ਵੀ ਇਹਨਾਂ ਦੇ ਖਿਲਾਫ ਜਿਹੜਾ ਐਕਸ਼ਨ। ਹਜੇ ਤਾਂ ਦੇਖੋ, ਹਜੇ ਤਾਂ ਜੇ ਪ੍ਰੀਮਿਲਰੀ ਚੱਲ ਰਹੀ ਹੈ, ਹਜੇ ਤਾਂ ਇਹ ਹੈ ਕਿ ਇੱਕ ਤਾਂ ਲੇਬਲਿੰਗ 'ਚ ਛੇੜਛਾੜ ਆ ਰਹੀ ਹੈ ਵੀ ਜਿਹੜੀ ਡੇਟ ਚੇਂਜ ਕੀਤੀ ਹੈ, ਬਾਕੀ ਜਿਹੜੀਆਂ ਐਕਸਪਾਇਰਡ ਮੈਡੀਸਨਸ ਕੁਛ ਮਿਲਣ ਦਾ ਇਸ਼ੂ ਹੈ, ਉਸ ਨੂੰ ਵੀ ਦੇਖਿਆ ਜਾ ਰਿਹਾ, ਬਾਕੀ ਹੋਰ ਵੀ ਦੇਖਦੇ ਹਾਂ ਕੁਛ ਹੋਰ ਕੋਈ ਮੈਡੀਸਨ, ਮੌਕਸੀਸਲੀਨ ਵਗੈਰਾ, ਐਸਲੋਫਨੈਕ ਅਤੇ ਪੈਰਾਸੀਟਾਮੋਲ ਦਾ ਕੋਂਬੀਨੇਸ਼ਨ। ਹਾਂ, ਇਹ ਜਿਹੜੀਆਂ ਮੈਨੂੰ ਦਿਖਾਈਆਂ ਗਈਆਂ, ਇਹਨਾਂ ਦੀ ਵੀ ਦੇਖਦੇ ਹਾਂ, ਜਾਂਚ ਕਰਦੇ ਹਾਂ ਵੀ ਇਹਨਾਂ ਦਾ ਕੀ ਹੈ, ਕਿਉਂ ਹੈ। ਡਾਕਟਰ ਸਾਹਿਬ ਕੁਝ ਪਤਾ ਲੱਗਿਆ ਫੈਕਟਰੀ ਕਦੇ ਸਟੋਰ ਕਦ ਤੋਂ ਚੱਲ ਰਿਹਾ ਸਟੋਰ? ਨਹੀਂ, ਮੈਨੂੰ ਹਜੇ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਮੈਂ ਹਜੇ ਇਸ ਚੀਜ਼, ਅਸੀਂ ਜਿਹੜੀ ਹੈ ਰੇਡ 'ਤੇ ਇਨਵੈਸਟੀਗੇਸ਼ਨ 'ਚ ਲੱਗੇ ਹੋਏ ਹਾਂ, ਇਹਦੀ ਜਿਹੜੀ ਜਾਂਚ ਜਾਰੀ ਹੈ, ਇਹ ਜਿਹੜੇ ਮੈਨੇਜਰਸ ਨੇ ਅਤੇ ਜਿਹੜਾ ਇਹਨਾਂ ਦੀ ਲੇਬਰ ਬੈਠੀ ਹੈ ਉਹਨੂੰ ਪੁੱਛਗਿੱਛ ਹੋ ਰਹੀ ਹੈ, ਅਤੇ ਤਾਂ ਕਿ ਡਾਕਟਰ ਦਾ ਮਾਲ ਕਰੀਏ। ਸਿਹਤ ਵਿਭਾਗ ਬਹੁਤ ਵੱਡੇ ਵੱਡੇ ਉਪਰਾਲੇ ਕਰ ਰਿਹਾ, ਬਹੁਤ ਵੱਡੇ ਦਾਅਵੇ ਵੀ ਕਰਦਾ ਸੀ, ਲੇਕਿਨ ਸਿਹਤ ਵਿਭਾਗ ਨੂੰ ਇਹ ਮਾਮਲਾ ਕਾਲਾ ਜੇ ਗੋਰਖ ਧੰਦਾ ਜਿਹੜਾ ਇਹ ਕਿਤੋਂ ਨਹੀਂ ਪਤਾ ਲੱਗਿਆ? ਮੈਂ ਇਹਦੇ ਬਾਰੇ ਹੁਣ ਮੈਂ ਨਹੀਂ, ਇਹਦਾ ਕਹਿੰਦਾ ਸੰਬੰਧਿਤ ਜਿਹੜੇ DHO ਹੈ ਜਾਂ ਉਹ ਸੰਬੰਧਿਤ ਅਧਿਕਾਰੀ ਇਸ ਬਾਰੇ ਕਮੈਂਟ ਕਰ ਸਕਦੇ ਆ, ਪਰ ਸਾਨੂੰ ਤਾਂ ਜਿਉਂ ਹੀ ਸਿਵਲ ਸਰਜਨ ਸਾਹਿਬ ਨੂੰ ਜਿਉਂ ਹੀ ਪਤਾ ਲੱਗਿਆ ਉਹ ਤੁਰੰਤ ਹੀ ਉਸ ਹਰਕਤ ਚ ਆ। ਹਾਂਜੀ, ਹਾਂ, ਕਾਨੂੰਨ ਬਣਿਆ ਹੋਇਆ, ਬਿਲਕੁਲ ਕਾਨੂੰਨ ਬਣਿਆ ਹੋਇਆ, ਕਾਨੂੰਨ ਦੇ ਮੁਤਾਬਿਕ ਹੀ ਇਹਦਾ ਹੋਊਗਾ, ਇਹਦੀ ਸੈਂਪਲਿੰਗ ਵੀ ਹੋਏਗੀ, ਇਹਦੀ ਚੈਕਿੰਗ ਵੀ ਹੋਏਗੀ, ਸਾਰਾ ਕਾਨੂੰਨ ਦੇ ਮੁਤਾਬਿਕ ਚੱਲੇਗਾ। ਸਿਰਫ ਕਿਹੜੇ ਕਿਹੜੇ ਟਾਈਪ ਦੇ ਜਿਹੜੇ ਕੈਪਸੂਲ ਮਿਲੇ, ਕਿਸ ਟਾਈਪ ਦੇ ਹੈ? ਅਮੋਕਸੀਸਲੀਨ ਹੈ, ਐਂਟੀਬਾਇਓਟਿਕ ਹੈ, ਪੈਰਾਸੀਟਾਮੋਲ ਅਤੇ ਐਸਲੋਫਨੈਕ ਹੈ, ਉਹ ਹੈ, ਬਾਕੀ ਕੁਛ ਮਲਟੀ ਵਿਟਾਮਿਨ ਮੈਨੂੰ ਦਿਖਾ ਰਹੇ ਸੀਗੇ ਇਹ ਚੀਜ਼ਾਂ। ਸਰ ਇਹ ਕਿਸੇ ਯੂਜ਼ ਦੇ ਪੇਨ ਕਿਲਰ ਵੀ ਵੇਚਦੇ ਸੀ? ਹਾਂਜੀ, ਇਹ ਪੇਨ ਕਿਲਰਸ ਵੀ ਐਜ਼ ਯੂਜ਼ ਹੁੰਦੇ ਆ। ਇਹਦੀ ਐਕਸਪਾਇਰੀ ਹੋਈ ਵੀ ਹੈ? ਇਹਦੀ ਐਕਸਪਾਇਰੀ ਸਰ ਜਿਹੜਾ ਇਹ ਦਿਖਾ ਰਹੇ ਆ, ਇਹ ਤਾਂ 2-3 ਸਾਲ ਹੋ ਚੁੱਕੇ ਐਕਸਪਾਇਰੀ। ਸਰ ਜਦ ਵੀ ਫੈਕਟਰੀ, ਵੈਸੇ ਦੇਖੋ ਜਿਹੜੇ ਫੂਡ ਵਾਲੇ ਆ ਉਹਨਾਂ ਨੂੰ ਤਾਂ ਕਰਾਉਣ ਦੇ ਲਈ ਹੈ, ਪਰ ਮੈਨੂੰ ਉਹ ਵੀ ਅਸੀਂ ਟੀਮ ਨੂੰ ਮੈਂ ਕਿਹਾ ਵੀ ਇਹਦਾ ਜਾਂਚ ਕਰੋ ਵੀ ਇਹਨਾਂ ਕੋਲ ਕੋਈ ਵੈਲਿਡ ਲਾਇਸੈਂਸ ਹੈਗਾ, ਕਿਉਂਕਿ ਜਿਹੜਾ ਫੂਡ ਵਾਲਿਆਂ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੁੰਦਾ ਵੀ ਉਹ ਹੋ ਰਿਹਾ ਕਿ ਨਹੀਂ, ਅਤੇ ਪਰ ਇਹਨਾਂ ਨੇ ਇੱਥੇ ਡਿਸਪਲੇ 'ਤੇ ਨਹੀਂ ਕੋਈ ਲਾਇਆ ਹੋਇਆ ਜੋ ਮੈਂ ਪ੍ਰੀਮਿਲਰੀ ਦੇਖਿਆ,
ਉਹਦਾ ਅਸੀਂ ਪੁੱਛ ਰਹੇ ਹਾਂ ਵੀ ਹਰ ਇੱਕ ਬੋਰਡ ਲੱਗਿਆ ਹੋਇਆ ਹੈ ਸਿਹਤ ਬੀਮਾ ਵੱਲੋਂ ਨਿਯਮਾਂ ਦੀ ਮੌਜੂਦ ਹੈ ਇੱਥੇ ਲੇਵਲ ਕੁਝ ਕੀ ਕਹਿੰਦੇ ਇਹਦੇ ਵੀ ਕੋਈ ਐਕਸ਼ਨ ਹੋਏਗਾ ਇਹਨਾਂ ਦੇ ਬਿਲਕੁਲ ਬਿਲਕੁਲ ਡਿਜ਼ਾਸਟਰ ਐਕਟ 'ਚ ਇਹਨਾਂ ਨੂੰ ਨੋਟਿਸ ਇਸ਼ੂ ਹੋਏਗਾ ਅਤੇ ਫਾਈਨ ਦਾ ਸਜ਼ਾ ਤਾਂ ਉਹ ਵੀ ਹੋਏਗੀ ਪਰਮਿਸ਼ਨ ਠੀਕ ਹੈ ਜੀ ਇਹ 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 ਪੂਰੀਆਂ ਧਾਰਾਵਾਂ ਨੇ ਇਹਦੀਆਂ ਲਾਇਸੈਂਸ ਨੂੰ ਕਰਨਾ ਰਿਕਾਰਡ ਨਾਲ ਛੇੜਛਾੜ ਕਰਨਾ ਐਕਸਪਾਇਰੀ ਨਾਲ ਛੇੜਛਾੜ ਕਰਨਾ ਉਹ ਸਾਰਾ ਕੁਛ ਆਏਗਾ ਇਸ 'ਚ ਸਰ ਮਿਲਾਵਟ ਸਰ ਉਹ ਇਨਵੈਸਟੀਗੇਸ਼ਨਸ ਤੋਂ ਬਾਅਦ ਹੈ ਜੇ ਕੋਈ ਸਪੂਰੀਅਸ ਜਾਂ ਟੌਕਸਿਕ ਮਿਲਦਾ ਤਾਂ ਉਹਦੇ 'ਚ ਜਿਹੜੇ ਕਿ ਜਾਨੀ ਨੁਕਸਾਨ ਪਹੁੰਚਾ ਸਕਦੀਆਂ ਚੀਜ਼ਾਂ ਅਤੇ ਉਹ ਫਿਰ ਬੜੀਆਂ ਸਖਤ ਤਰ੍ਹਾਂ ਆਵਾਂ ਠੀਕ ਹੈ।